ਕੇਂਦਰ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੇ ਆਪਣੇ ਪ੍ਰੋਜੈਕਟ ਰੱਦ ਕਰਨ ਜਾ ਰਹੇ। ਕੇਂਦਰ ਸਰਕਾਰ ਨੇ ਪੰਜਾਬ 'ਚ ਕੇਂਦਰੀ ਖਾਸ ਕਰ ਸੜਕਾਂ ਨਾਲ ਸੰਬੰਧਿਤ, ਪੁਲਾਂ ਨਾਲ ਸੰਬੰਧਿਤ, ਨੈਸ਼ਨਲ ਹਾਈਵੇ ਹੈ ਜਾਂ ਨਵੇਂ ਲਿੰਕ ਰੋਡ ਜਿਹੜੇ ਬਣ ਰਹੇ ਨੇ ਉਹਨਾਂ ਦੇ ਹਵਾਲੇ ਨਾਲ ਜਿੰਨੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਪੰਜਾਬ 'ਚੋਂ ਸਮੇਟ ਰਿਹਾ ਕਿ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਕੱਢਿਆ ਜਾਏਗਾ, ਕਿਸੇ ਹੋਰ ਸੂਬਿਆਂ 'ਚੋਂ ਲਿਜਾਇਆ ਜਾਏਗਾ, ਪੰਜਾਬ ਨੂੰ ਬਾਈਪਾਸ ਕਰ ਦਿੱਤਾ ਜਾਏਗਾ। ਕੀ ਪੰਜਾਬ ਸਰਕਾਰ ਦੀ ਕੋਈ ਨਲਾਇਕੀ ਗਲਤੀ ਹੈ? ਕੀ ਕਿਸਾਨ ਜਥੇਬੰਦੀਆਂ, ਕਿਸਾਨ ਸੰਗਠਨਾਂ ਵੱਲੋਂ ਜ਼ਬਰਦਸਤੀ ਜ਼ਮੀਨਾਂ ਅਕੁਆਇਰ ਕਰਨ ਦੇ ਮਾਮਲੇ 'ਚ ਟੰਗੜਾਈ ਜਾ ਰਹੀ ਹੈ? ਜਾਂ ਕੇਂਦਰ ਦੀ ਬਦਨੀਤੀ ਹੈ ਕਿ ਪੰਜਾਬ ਦੇ ਲਈ ਕੁਛ ਸਿਰੇ ਲਾਉਣਾ ਹੀ ਨਹੀਂ, ਫੰਡ ਵੀ ਰੋਕ ਲਓ, ਹੁਣ ਪ੍ਰੋਜੈਕਟ ਵੀ ਰੋਕ ਲਓ? ਚਲੋ ਪਹਿਲਾਂ ਘਟਨਾ ਸਮਝੋ। ਨਿਤਿਨ ਗਡਕਰੀ, ਉਹਨਾਂ ਨੇ ਉਹਨਾਂ ਦੇ ਵਿਭਾਗ ਦੀ ਚਿੱਠੀ ਆ ਗਈ, ਚੇਤਾਵਨੀ ਵਾਲੀ ਚਿੱਠੀ ਆ ਗਈ, ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਆ ਗਈ ਕਿ ਪੰਜਾਬ ਦੇ ਨੈਸ਼ਨਲ ਹਾਈਵੇ ਪ੍ਰੋਜੈਕਟ ਖਤਰੇ 'ਚ ਪੈ ਗਏ। ਕਿਹਾ ਤਾਂ ਇਹ ਜਾ ਰਿਹਾ ਕਿ ਕੰਪਨੀਆਂ ਕੰਟਰੈਕਟ ਰੱਦ ਕਰ ਰਹੀਆਂ, ਪਰ ਇਹ ਇਸ ਕੰਪਨੀਆਂ ਦੇ ਕੰਟਰੈਕਟ ਰੱਦ ਹੋਣ ਨਾਲ ਖਤਰਾ ਪ੍ਰੋਜੈਕਟ ਰੱਦ ਹੋਣ ਦਾ ਆ ਗਿਆ। ਜਦੋਂ ਕਿ ਕਿਹਾ ਜਾ ਰਿਹਾ ਕਿ ਪ੍ਰੋਜੈਕਟ ਰੱਦ ਨਹੀਂ ਹੋਏ ਪਰ ਪ੍ਰੋਜੈਕਟ ਰੱਦ ਹੋ ਸਕਦੇ ਆ। ਪੰਜਾਬ 'ਚ ਕਹਿੰਦੇ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ, ਵਿਗੜਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਠੇਕੇਦਾਰ ਕੰਮ ਛੱਡ ਰਹੇ ਨੇ, ਮੁਲਾਜ਼ਮ ਕੰਮ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਡਰ ਹੈ, ਧਮਕੀਆਂ ਮਿਲ ਰਹੀਆਂ ਕਿ ਜਿਉਂਦੇ ਸਾੜ ਦੇਵਾਂਗੇ, ਇਸ ਲਈ ਕਹਿੰਦੇ ਜੀ ਜ਼ਮੀਨ ਅਕੁਆਇਰ 'ਚ ਮੁਸ਼ਕਲਾਂ ਵੀ ਆ ਰਹੀਆਂ ਨੇ। ਇਹ ਸਾਰੇ ਮਸਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਜਿਹੜੇ ਪ੍ਰੋਜੈਕਟ ਨੇ ਉਹ ਖਤਰੇ 'ਚ ਪੈ ਗਏ ਨੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਸਥਿਤੀ ਤੋਂ ਜਾਣੂ ਕਰਾਉਂਦੇ ਇੱਕ ਚਿੱਠੀ ਲਿਖੀ ਹੈ। ਉਹਨਾਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ 'ਚ ਦਖਲ ਦੇਣ ਲਈ ਕਹਿੰਦੇ ਕਿਹਾ, ਉਹਨਾਂ ਦੇ ਸਾਹਮਣੇ ਚੁੱਕੇ ਅਤੇ ਆਉਂਦੇ ਦਿਨਾਂ 'ਚ ਕਹਿੰਦੇ ਪੰਜਾਬ ਸਰਕਾਰ ਇਹਦੇ ਉੱਤੇ ਬੈਠਕ ਕਰਨ ਜਾ ਰਹੀ ਹੈ। ਪੰਜਾਬ 'ਚ ਨੈਸ਼ਨਲ ਹਾਈਵੇ ਅਥਾਰਟੀ NHI ਇਹਦੇ ਦਿੱਲੀ ਅਸਲ 'ਚ ਜਿਹੜਾ ਮੇਨ ਹੈਗਾ, ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਕਹਿੰਦੇ ਜੀ ਕਾਰਜਾਂ ਦੇ ਵਿੱਚ ਠੇਕੇਦਾਰਾਂ ਨੂੰ ਧਮਕੀਆਂ ਮਿਲ ਰਹੀਆਂ, 20 ਜੁਲਾਈ ਨੂੰ ਕੁੱਟਮਾਰ ਹੋਈ ਹੈ ਉਹਨਾਂ ਨਾਲ, ਹੈਂ ਉਹਦੀ ਕੁੱਟਮਾਰ ਤੋਂ ਬਾਅਦ ਸ਼ਿਕਾਇਤ ਵੀ ਕਰਤੀ, ਨਾ ਥਾਣਾ ਪੁੱਛੇ, ਨਾ ਕੋਈ ਅਧਿਕਾਰੀ ਪੁੱਛੇ, ਨਾ ਸਰਕਾਰ ਪੁੱਛੇ, ਕਹਿੰਦੇ ਇਸ ਲਈ ਅੱਕ ਕੇ ਉਹਨਾਂ ਨੇ NHI ਨੂੰ ਧਿਆਨ 'ਚ ਲਿਆ ਤਾ, ਅਤੇ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਧਿਆਨ 'ਚ ਆਇਆ ਤਾਂ ਉਹ ਮੰਤਰਾਲੇ ਧਿਆਨ 'ਚ ਲਾ ਗਿਆ ਅਤੇ ਗਡਕਰੀ ਦੇ ਧਿਆਨ 'ਚ ਆਇਆ ਮਾਮਲਾ ਅਤੇ ਕੇਂਦਰ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ। ਹੁਣ ਇਹ ਸਾਰੇ ਦੇ ਹਵਾਲੇ ਨਾਲ DGP ਸਾਹਿਬ ਕਹਿੰਦੇ ਕੋਈ ਇਹੋ ਜਿਹਾ ਮਸਲਾ ਨਹੀਂ ਗਾ ਜੀ, FIR ਦਰਜ ਕਰ ਲਈ ਆ, ਪਰ ਅਗਲੇ ਕਹਿੰਦੇ ਦਰਜ ਤਾਂ ਕਰ ਲਈ, ਉਹ ਤਾਂ ਚਿੱਠੀ ਆਉਣ ਤੋਂ ਬਾਅਦ ਕਰ ਲਈ, ਪਰ ਉਹਦੇ 'ਤੇ ਕਾਰਵਾਈ ਨਹੀਂ ਕਰ ਰਹੇ, ਕਿਸੇ ਨੂੰ ਬੁਲਾ ਕੇ ਤਲਬ ਕਰਕੇ ਪੁੱਛ ਨਹੀਂ ਰਹੇ, ਕੁਛ ਨਹੀਂ ਹੋ ਰਿਹਾ। ਕਹਿੰਦੇ ਇਹ ਸਾਰੀ ਪ੍ਰਕਿਰਿਆ ਵਿਗੜਨ ਦੇ ਕਰਕੇ ਪੰਜਾਬ ਤੋਂ ਇਹ ਪ੍ਰੋਜੈਕਟ ਰੱਦ ਹੋ ਸਕਦੇ ਨੇ। ਕੀ ਇਹ ਪੰਜਾਬ ਦੇ ਵਿਕਾਸ ਨਾਲ ਜੁੜੇ ਨੇ? ਕੀ ਇਹ ਪੰਜਾਬ ਦੀ ਤਰੱਕੀ ਨਾਲ ਜੁੜੇ ਨੇ? ਕੀ ਇਹਦੇ ਕਾਰਨ ਹੀ ਸਾਡੀਆਂ ਜ਼ਮੀਨਾਂ ਦੇ ਮੁੱਲ ਵੱਧ ਰਹੇ ਨੇ? ਕੀ ਇਹਦੇ ਨਾਲ ਪੰਜਾਬ ਦੇ ਵਿੱਚ ਰੁਜ਼ਗਾਰ ਆਏਗਾ, ਪੰਜਾਬ 'ਚ ਕਾਰੋਬਾਰ ਆਏਗਾ? ਕੀ ਇਹਦੇ ਨਾਲ ਵਾਹਗਾ ਬਾਰਡਰ ਖੁੱਲ੍ਹ ਜਾਏਗਾ? ਪਰ ਉਹ ਵਾਹਗਾ ਬਾਰਡਰ ਕੀ ਪੰਜਾਬ ਦੇ ਕਾਰੋਬਾਰੀਆਂ ਲਈ, ਪੰਜਾਬ ਦੇ ਸਥਾਨਕ ਮਜ਼ਦੂਰਾਂ ਲਈ, ਪੰਜਾਬ ਦੇ ਕਿਸਾਨਾਂ ਲਈ, ਪੰਜਾਬ ਦੇ ਦੁਕਾਨਦਾਰਾਂ ਲਈ ਸਹਾਈ ਹੋਏਗਾ ਖੁੱਲ੍ਹਣਾ? ਜਾਂ ਜਿਨ੍ਹਾਂ ਦਾ ਕਾਰੋਬਾਰ ਮੁੰਦਰਾ ਪੋਰਟ ਤੋਂ ਚੱਲਦਾ, ਮੁੰਬਈ ਦੀ ਪੋਰਟ ਤੋਂ ਚੱਲਦਾ, ਉਹਨਾਂ ਲਈ ਸਹੀ ਹੋਏਗਾ? ਕੀ ਅਵਾਨੀ ਅਡਾਨੀਆਂ ਵਰਗੇ ਕਾਰੋਬਾਰੀਆਂ ਲਈ ਸਹੀ ਹੋਏਗਾ ਜਾਂ ਪੰਜਾਬ ਲਈ ਹੋਏਗਾ? ਇਹ ਕਿੰਨੇ ਹੀ ਸਵਾਲ ਜਿਉਂ ਦੇ ਤਿਉਂ ਬਰਕਰਾਰ ਨੇ, ਇਹਦਾ ਜਵਾਬ ਨਾ ਪੰਜਾਬ ਸਰਕਾਰ ਦੇਣਾ ਚਾਹੁੰਦੀ ਆ, ਨਾ ਕੇਂਦਰ ਸਰਕਾਰ ਦੇਣਾ ਚਾਹੁੰਦੀ ਆ,
ਪਰ ਹੁਣ ਇਸ ਪ੍ਰਕਿਰਿਆ ਨੇ ਇੱਕ ਵਾਰ ਫਿਰ ਇਹ ਸਾਰੇ ਮੁੱਦੇ ਚਰਚਾ 'ਚ ਲਿਆਉਂਦੇ ਨੇ। ਹੋਇਆ ਕੀ, ਕਹਿੰਦੇ ਜੀ ਦਿੱਲੀ ਕਟੜਾ ਐਕਸਪ੍ਰੈਸ ਵੇ ਜਿਹੜਾ 670 ਕਿਲੋਮੀਟਰ ਹੈ, 7 ਟੁਕੜਿਆਂ 'ਚ ਉਹਦੇ ਕੰਟਰੈਕਟ ਸੌਂਪੇ ਗਏ ਅੱਡੋ ਅੱਡ ਕੰਪਨੀਆਂ ਨੂੰ, ਉਹ ਕਹਿੰਦੇ ਜੀ ਫਸ ਗਿਆ। ਜੰਮੂ ਕਟੜਾ ਐਕਸਪ੍ਰੈਸ ਵੇ ਦਾ ਕੁੱਲ 670 ਕਿਲੋਮੀਟਰ ਜਿਹੜਾ ਲੰਬਾ ਪ੍ਰੋਜੈਕਟ ਹੈ, ਉਹਦੇ ਵਿੱਚ ਪੰਜਾਬ ਦੇ ਹਿੱਸੇ 'ਚ 339 ਕਿਲੋਮੀਟਰ ਹੈ, ਲਗਭਗ ਅੱਧੇ ਦੇ ਕਰੀਬ ਸਾਡੇ ਪੰਜਾਬ 'ਚ ਹੈ, ਇਕੱਲੇ 339 ਕਿਲੋਮੀਟਰ ਦਾ ਹਿੱਸਾ ਇਕੱਲਾ ਪੰਜਾਬ 'ਚ ਸ਼ਾਮਿਲ ਹੈ। ਕਹਿੰਦੇ ਇਸ ਦੀ ਲਾਗਤ 36,000 ਕਰੋੜ ਰੁਪਈਏ ਹੈ। ਪ੍ਰੋਜੈਕਟ ਨੂੰ ਕਹਿੰਦੇ 7 ਟੈਂਡਰਾਂ 'ਚ, ਵੱਖ ਵੱਖ ਤਰ੍ਹਾਂ ਦੇ 7 ਟੈਂਡਰਾਂ 'ਚ ਅਲੱਗ ਅਲੱਗ ਕੰਪਨੀਆਂ 'ਚ ਵੰਡਿਆ ਗਿਆ ਸੀ, ਜਿਨ੍ਹਾਂ 'ਚ ਕਹਿੰਦੇ ਜ਼ਮੀਨ ਅਕੁਆਇਰ ਕਰਨ ਵਾਲਾ ਮਾਮਲਾ ਸਭ ਤੋਂ ਬੜਾ ਮੁਸ਼ਕਲ ਹੈ। ਕਹਿੰਦੇ ਮਤਲਬ 52 ਕਿਲੋਮੀਟਰ ਰੂਟ ਦਾ ਕੰਮ ਕਹਿੰਦੇ ਇੱਥੇ ਆ ਕੇ ਫਸ ਗਿਆ। ਫਿਰ ਲੁਧਿਆਣਾ, ਗੁਰਦਾਸਪੁਰ, ਮਲੇਰਕੋਟਲਾ, ਕਪੂਰਥਲਾ, ਸੰਗਰੂਰ, ਇਹ ਇਲਾਕਿਆਂ 'ਚ ਕੰਮ ਪ੍ਰਭਾਵਿਤ ਹੋ ਗਿਆ। ਜਲੰਧਰ 'ਚ ਕਹਿੰਦੇ 72 ਕਿਲੋਮੀਟਰ, ਪਟਿਆਲੇ 'ਚ 5 ਕਿਲੋਮੀਟਰ, ਹੈ ਨਾ, ਇੱਥੇ ਸਾਰੀ ਜ਼ਮੀਨ ਲੈ ਲਈ, ਅਕੁਆਇਰ ਹੋ ਲਈਆਂ, ਇਹਨਾਂ ਦੇ ਵਿੱਚ ਅਕੁਆਇਰ ਹੋਣ ਵਾਲਾ ਪੇਜ ਫਸ ਗਿਆ, ਜਾਂ ਕਈ ਥਾਂ ਜ਼ਮੀਨ ਅਕੁਆਇਰ ਵੀ ਹੋ ਗਈ, ਕਬਜ਼ਾ ਨਹੀਂ ਮਿਲ ਰਿਹਾ, ਹੈ ਨਾ, ਅਤੇ ਕੰਮ ਕਹਿੰਦੇ ਫਿਰ ਫਸ ਰਿਹਾ। ਐਕਸਪ੍ਰੈਸ ਵੇ ਦਾ ਕੰਮ ਦੇਖ ਰਹੇ ਨੇ ਜਿਹੜੇ ਅਧਿਕਾਰੀ, ਉਹਨਾਂ ਨੇ ਕਿਹਾ ਕਿ NHAI ਨੂੰ ਟੈਂਡਰ ਦੁਬਾਰਾ ਲਾਉਣੇ ਪੈ ਸਕਦੇ ਨੇ ਜੇ ਇਹੋ ਜਿਹੀ ਗੜਬੜ ਹੁੰਦੀ ਆ, ਅਤੇ ਕੰਪਨੀਆਂ ਛੱਡ ਕੇ ਜਾ ਰਹੀਆਂ ਨੇ। ਕਿਉਂਕਿ ਉਹ ਕਹਿੰਦੇ ਕਿ ਹੋਇਆ ਕੀ ਕਿ ਪਿਛਲੇ ਦਿਨ ਜਲੰਧਰ ਖੇਤਰ ਦੇ ਵਿੱਚ ਠੇਕੇਦਾਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋ ਗਈ। ਦੂਏ ਪਾਸੇ ਉਹ ਕਹਿੰਦੇ ਮਾਲਪੁਰ ਦੇ ਵਿੱਚ ਕਹਿੰਦੇ ਜੀ ਦਫ਼ਤਰ 'ਚ ਆ ਕੇ ਮਤਲਬ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਕਿ ਤੁਹਾਨੂੰ ਅੱਗ ਲਾ ਕੇ ਜਿਉਂਦਿਆਂ ਸਾੜ ਦਾਂਗੇ, ਨਹੀਂ ਛੱਡ ਜਾਓ, ਭੱਜੋ ਇੱਥੋਂ। ਇਹ ਸਾਰੀ ਪ੍ਰਕਿਰਿਆ ਨੇ ਕਹਿੰਦੇ ਪ੍ਰਭਾਵਿਤ ਕਰਤਾ। ਹੁਣ ਜਿੱਥੇ ਜਿੱਥੇ ਫਸ ਰਿਹਾ ਕੰਮ, ਕਹਿੰਦੇ ਜਲੰਧਰ 'ਚ 72 ਕਿਲੋਮੀਟਰ ਫਸਿਆ ਹੋਇਆ, ਲੁਧਿਆਣਾ 'ਚ 38 ਕਿਲੋਮੀਟਰ ਦਾ ਫਸਿਆ ਹੋਇਆ, ਗੁਰਦਾਸਪੁਰ 'ਚ 43 ਕਿਲੋਮੀਟਰ, ਮਲੇਰਕੋਟਲੇ 27 ਕਿਲੋਮੀਟਰ, ਸੰਗਰੂਰ 'ਚ ਵੀ 47 ਕਿਲੋਮੀਟਰ, ਪਟਿਆਲੇ 'ਚ 5 ਕਿਲੋਮੀਟਰ, ਕਪੂਰਥਲਾ 'ਚ 28 ਕਿਲੋਮੀਟਰ। ਇਹਨਾਂ 'ਚ ਹੁਣ ਥੋੜ੍ਹੀ ਥੋੜ੍ਹੀ ਜ਼ਮੀਨ ਦਾ ਮਸਲਾ ਰਹਿੰਦਾ। ਜਿਵੇਂ ਜਲੰਧਰ 'ਚ 72 ਕਿਲੋਮੀਟਰ ਦਾ ਪ੍ਰੋਜੈਕਟ ਹੈ, ਜਿਵੇਂ ਇਹਦੇ ਵਿੱਚ ਜ਼ਮੀਨ ਅਕੁਆਇਰ ਕਰਨ 'ਤੇ ਕਬਜ਼ੇ ਵਾਲੇ ਕਰਕੇ ਮਾਮਲਾ ਫਸਿਆ ਹੋਇਆ। ਕਹਿੰਦੇ ਲੁਧਿਆਣੇ 'ਚ 39 ਕਿਲੋਮੀਟਰ, 38.95 ਕਿਲੋਮੀਟਰ, 20 ਕਿਲੋਮੀਟਰ ਜ਼ਮੀਨ ਕਹਿੰਦੇ ਅਜੇ ਐਕੁਆਇਰ ਕਰਨੀ ਬਾਕੀ ਆ, ਉੱਥੇ ਸੌਦਾ ਨਹੀਂ ਪਟ ਰਿਹਾ। ਗੁਰਦਾਸਪੁਰ 43 ਕਿਲੋਮੀਟਰ ਆ, ਜਿਹਦੇ ਵਿੱਚੋਂ 28 ਕਿਲੋਮੀਟਰ ਜ਼ਮੀਨ ਐਕੁਆਇਰ ਕਰਨੀ ਬਾਕੀ ਆ, ਅਤੇ ਕੁਝ ਥਾਵਾਂ 'ਤੇ ਕਬਜ਼ਾ ਲੈਣ ਨੂੰ ਵੀ ਮਸਲਾ। ਫਿਰ ਇਸੇ ਤਰ੍ਹਾਂ ਮਲੇਰਕੋਟਲਾ 27 ਕਿਲੋਮੀਟਰ ਆ, ਉੱਥੇ ਵੀ 2 ਕਿਲੋਮੀਟਰ ਜ਼ਮੀਨ ਐਕੁਆਇਰ ਕਰਨੀ ਰਹਿੰਦੀ ਆ, ਕਿਸਾਨ ਧਰਨੇ 'ਤੇ ਬੈਠੇ ਨੇ। ਸੰਗਰੂਰ 'ਚ 47 ਕਿਲੋਮੀਟਰ ਆ, ਅੱਧਾ ਕਿਲੋਮੀਟਰ 'ਚ ਤਾਂ ਕਹਿੰਦੇ ਕਿ ਧੜਾ ਧੜ ਘਰ ਬਣ ਗਏ, ਜਾਂ ਕਿਤਾਂ ਕਿ ਘਰਾਂ ਦੇ ਹਿਸਾਬ ਨਾਲ ਮੁਆਵਜ਼ੇ ਮਿਲ ਜਾਣਗੇ, ਇਹੋ ਜਿਹਾ ਕਹਿੰਦੇ ਪ੍ਰਕਿਰਿਆ ਤੁਰ ਪਈ। ਪਟਿਆਲੇ 'ਚ 5 ਕਿਲੋਮੀਟਰ ਆ, ਜ਼ਮੀਨ ਲਗਭਗ ਸਾਰੀ ਅਕੁਆਇਰ ਆ। ਕਪੂਰਥਲਾ 28 ਕਿਲੋਮੀਟਰ ਆ, 3 ਕੁ ਕਿਲੋਮੀਟਰ ਜ਼ਮੀਨ, 3.5 ਕਿਲੋਮੀਟਰ ਜ਼ਮੀਨ ਅਕੁਆਇਰ ਕਰਨ ਦਾ ਮਸਲਾ ਫਸਦਾ। ਇੱਕ ਪਾਸੇ ਪ੍ਰੋਜੈਕਟ ਇਸ ਪੱਖੋਂ ਕਹਿੰਦੇ ਜੀ ਪ੍ਰਭਾਵਿਤ ਹੋ ਰਹੇ ਨੇ, ਦੂਸਰੇ ਪਾਸੇ ਕਹਿੰਦੇ ਕੇਂਦਰ ਦੀ ਰਾਜਨੀਤੀ ਆ। ਚੀਮਾ ਹੋਰੀ ਕਹਿੰਦੇ, ਹਰਪਾਲ ਚੀਮਾ ਹੋਰੀ ਕਹਿੰਦੇ ਵੀ ਕੇਂਦਰ ਸ਼ਾਸਿਤ ਰਚ ਰਿਹਾ, ਜਾਣਬੁੱਝ ਕੇ ਪੰਜਾਬ ਦੇ ਵਿੱਚ ਇਹਨਾਂ ਕੰਮਾਂ ਨੂੰ ਪ੍ਰਭਾਵਿਤ ਕਰ ਰਿਹਾ। ਸਾਡੇ ਪੇਂਡੂ ਵਿਕਾਸ ਫੰਡ ਵੀ, ਸਾਡੀ GST ਵੀ, ਸਾਡੇ ਹੋਰ ਫੰਡ ਵੀ, ਉਹ ਲਗਾਤਾਰ ਕਟੌਤੀਆਂ ਕਰ ਰਿਹਾ, ਅਤੇ ਇੱਧਰ ਹੁਣ ਪ੍ਰੋਜੈਕਟਾਂ 'ਤੇ ਵੀ ਕਟੌਤੀ। ਕੀ ਇਹ ਬਦਨੀਤੀ 'ਚੋਂ ਜਨਮ ਰਿਹਾ? ਕੀ ਇਹ ਜ਼ਮੀਨ ਅਕੁਆਇਰ ਦਾ ਮਸਲਾ ਇੱਥੇ ਬੜੀ ਸਮੱਸਿਆ ਖੜ੍ਹੀ ਕਰ ਰਿਹਾ? ਕੀ ਇਹਦੇ ਨਾਲ ਕੋਈ ਕੰਮ ਸਿਰੇ ਲੱਗਣਾ ਕਿ ਨਹੀਂ ਲੱਗਣਾ? ਕਿਉਂਕਿ ਮੁੱਖ ਤੌਰ 'ਤੇ ਆਹ ਕਟੜਾ ਐਕਸਪ੍ਰੈਸ ਵੇ ਨੂੰ ਲੈ ਕੇ ਹੀ ਸਭ ਤੋਂ ਵੱਡਾ ਮਸਲਾ ਸਾਹਮਣੇ ਆ ਰਿਹਾ। ਸੋ ਇਹ ਸਾਰੇ ਪਹਿਲੂ 'ਤੇ ਲਿਖੀ ਹੋਈ ਚਿੱਠੀ ਕਿੱਥੇ ਜਾ ਕੇ ਰੁਕਦੀ ਹੈ? ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਇਸ 'ਤੇ ਮੀਟਿੰਗ ਕਰੇਗੀ।
ਤੇ ਮੀਟਿੰਗ ਕਰਕੇ ਕੇਂਦਰ ਸਰਕਾਰ ਨੂੰ ਇਹ ਤੋਂ ਜਾਣੂ ਕਰਾਏਗੀ, ਮਤਲਬ ਨਿਤਿਨ ਗਡਕਰੀ ਦੇ ਵਿਭਾਗ ਨੂੰ ਜਾਣੂ ਕਰਾਏਗੀ। ਪਰ ਜਿਸ ਤਰ੍ਹਾਂ ਦੇ ਤੇਵਰ ਹਰਪਾਲ ਚੀਮਾ ਹੋਰਾਂ ਨੇ ਦਿਖਾਏ ਨੇ ਅਤੇ ਜਿਸ ਤਰ੍ਹਾਂ ਪੰਜਾਬ ਮਹਿਸੂਸ ਕਰਦਾ ਕਿ ਇੱਕ ਪਾਸੇ ਤਾਂ ਪਹਿਲਾਂ ਪ੍ਰੋਜੈਕਟ ਲਿਆਉਣ ਪਿੱਛੇ ਵੀ ਰਾਜਨੀਤੀ ਸੀ, ਕਿਹਦੇ ਘਰ ਕੋਲੋਂ ਲੰਘਾਉਣੀ ਹੈ, ਕਿਹਦੀ ਜ਼ਮੀਨ ਕੋਲੋਂ ਨਹੀਂ ਲੰਘਾਉਣੀ, ਕਿਹੜੇ ਲੀਡਰ ਦੇ ਖੇਤ ਵਿੱਚ ਆ ਜਾਣ ਤਾਂ ਵਧੀਆ, ਕਿਹਦੇ ਨਾ ਆਉਣ ਤਾਂ ਵਧੀਆ, ਇਹ ਸਾਰੀ ਸਿਆਸਤਾਂ ਦੀ ਖੇਡ ਚੱਲੀ। ਉੱਥੇ ਹੁਣ ਆ ਨਵੀਂ ਖੇਡ ਸ਼ੁਰੂ ਹੋ ਗਈ ਕਿ ਵੀ ਪਰਚੇ ਨਹੀਂ ਹੁੰਦੇ, ਕਾਰਵਾਈ ਨਹੀਂ ਹੁੰਦੀ, ਇਸ ਲਈ ਕੰਟਰੈਕਟ ਰੱਦ ਹੋ ਰਹੇ ਨੇ, ਕੰਪਨੀਆਂ ਕੰਟਰੈਕਟ ਰੱਦ ਕਰ ਰਹੀਆਂ ਨੇ, ਅਤੇ ਜੇਕਰ ਇੱਦਾਂ ਹੀ ਰੱਦ ਹੁੰਦੇ ਰਹੇ ਤਾਂ ਕਹਿੰਦੇ ਕੇਂਦਰ ਪ੍ਰੋਜੈਕਟ ਰੱਦ ਕਰ ਦੂਗਾ। ਸੋ ਇਹ ਇੱਕ ਵੱਡਾ ਮਸਲਾ ਪੰਜਾਬ ਦੇ ਲਈ ਬਣ ਗਿਆ।